ਬਾਹਲਾ ਕੀਤਾ ਹੈ। ਅੱਛਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਦੁਬਾਰਾ ਇੱਕ ਵਾਰੀ ਫਿਰ ਲਾਈਵ ਹੋਏ ਹਾਂ ਜੀ, ਇੱਕ ਬੜੀ ਦਿਲਚਸਪ ਗੱਲ ਬਾਬਾ ਜੀ ਦੀ ਜ਼ਿੰਦਗੀ ਬਾਰੇ ਸਾਡੀ ਟੀਮ ਨੂੰ ਪਤਾ ਲੱਗੀ ਆ ਤੇ ਬਾਬਾ ਜੀ ਦੇ ਬਾਰੇ ਚ ਸਾਨੂੰ ਦੱਸਿਆ ਗਿਆ। ਬਾਬਾ ਜੀ ਆਜ਼ਾਦੀ ਦੇ ਘਲਾਟੀਏ ਵੀ ਰਹੇ ਕਿਸੇ ਟਾਈਮ, ਭਗਤ ਸਿੰਘ ਉਹਨਾਂ ਦੇ ਨਾਲ ਬਾਬਾ ਜੀ ਨੇ ਲਾਹੌਰ ਦੇ ਵਿੱਚ ਕੰਮ ਕੀਤਾ। ਜਿਸ ਦਿਨ ਬਾਬਾ ਜੀ ਦੱਸਦੇ ਆ ਵੀ 24 ਤਰੀਕ ਨੂੰ ਉਹਨਾਂ ਨੂੰ ਫਾਂਸੀ ਦਾ ਆਰਡਰ ਹੋਇਆ ਤਾਂ 23 ਤਰੀਕ ਨੂੰ 23 ਮਾਰਚ ਨੂੰ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਆ। ਉਸ ਦਿਨ ਹਾਂਜੀ ਡੇਢ ਮੀਲ ਸ਼ਰਮ ਕਰ ਲਈ ਸੀ ਜੀ। ਕਿੱਥੇ ਬਾਪੂ? ਲਾਹੌਰ ਜੇਲ੍ਹ ਦੇ ਵਿੱਚ ਉਹਨੂੰ ਕੱਢਣ ਲਈ ਭਗਤ ਸਿੰਘ ਜੀ ਨੂੰ ਕੱਢਣ ਵਾਸਤੇ। ਅੱਛਾ, ਉਹਨੂੰ ਕੱਢਣ ਦੀ ਖਾਤਰ ਪਹਿਲਾਂ ਹੀ ਫਾਂਸੀ ਉਹਨਾਂ ਨੇ ਤੜਕੇ ਫਾਂਸੀ ਦੇਤੀ ਸੀ, ਜਾਨੀ ਕਿ ਜਿਹੜੇ ਵੀਰ ਬਜ਼ੁਰਗ ਸਾਡੇ ਗੱਲਾਂ ਸਾਂਝੀਆਂ ਕਰਦੇ ਆ ਸੁਣਦੇ ਰਹੇ ਆ ਕਿ ਇਹ ਬਾਬਾ ਜੀ ਸਾਨੂੰ ਦੱਸਦੇ ਆ। ਬਾਬਾ ਜੀ ਹੁਣ ਤੁਸੀਂ ਦੱਸੋ ਕੀ ਹੈਗੀ ਦੇ ਮੈਂਬਰਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੂੰ ਬਜ਼ੁਰਗਾਂ ਬਾਰੇ ਪਤਾ ਲੱਗ ਗਿਆ। ਇਹਨਾਂ ਦਾ ਚਾਪੜਾ ਪਿੰਡ ਜਿਹੜਾ ਲੁਧਿਆਣੇ ਦੇ ਵਿੱਚ ਚਾਪੜਾ ਪਿੰਡ ਉੱਥੇ ਮੇਰੀ ਰਿਸ਼ਤੇਦਾਰੀ ਹੈ ਅਤੇ ਇੱਥੇ ਮੇਰਾ ਗੁਆਂਢੀ ਆ ਇਹਨਾਂ ਦਾ ਅਤੇ ਕਾਫੀ ਸਮਾਂ ਪਹਿਲਾਂ ਮੈਂ ਇਹਨਾਂ ਦੇ ਕਾਫੀ ਨੇੜੇ ਸੀ ਅਤੇ ਉਦੋਂ ਇਹਨਾਂ ਨੇ ਫਿਰ ਮੈਂ ਸਾਨੂੰ ਗੱਲਾਂ ਦੱਸੀਆਂ ਵੀ ਮੈਂ ਭਗਤ ਸਿੰਘ ਦੇ ਹੱਥਾਂ ਦੇ ਵਿੱਚ ਆਜ਼ਾਦੀ ਲਹਿਰ ਦੇ ਵਿੱਚ ਅੰਦਰ ਖਾਤੇ ਉਹਨਾਂ ਦੀ ਮਦਦ ਕਰਨੀ ਸਾਂਭਣਾ ਅਤੇ ਸਾਡਾ ਇਹ ਕੰਮ ਹੁੰਦਾ ਅਤੇ ਕਹਿੰਦਾ ਜਦੋਂ ਫਿਰ ਹੱਲਾ ਗੁੱਲਾ ਪਿਆ ਉਸ ਟਾਈਮ ਦੇ ਸਮਰਾਟ ਦੇ ਵਿੱਚ ਵੀ ਮੈਂ ਚੰਗੇ ਅੰਗਰੇਜ਼ ਵੱਢਿਆ। ਅੱਛਾ ਜੀ, ਉਸ ਟਾਈਮ ਚੰਗੇ ਹਾਂਜੀ ਭਾਜਪਾ ਜਿਹੜੀ ਕਤਲੋਂ ਕਰਦੇ ਹੋਈ ਉਹਦੇ ਵਿੱਚ ਜੀ ਕਾਫੀ ਅੰਗਰੇਜ਼ ਮਾਰੇ। ਹਾਂਜੀ ਅੰਗਰੇਜ਼ਾਂ ਦਾ ਬੜਾ ਫਿਰ ਇਹਨਾਂ ਨੂੰ ਮਤਲਬ ਗੋਲੀ ਦਾ ਆਰਡਰ ਹੋ ਗਿਆ। ਠੀਕ ਹੈ ਜੀ। ਇੱਥੋਂ ਫਿਰ ਜਿਵੇਂ ਕਹਿੰਦੇ ਵੀ ਰੂਹ ਪੁਛ ਹੋ ਗਏ ਅਤੇ ਬੰਗਾਲ ਚਲੇ ਗਏ ਜੀ। ਬੰਗਾਲ ਜਾ ਕੇ ਉੱਥੇ ਇਹਨਾਂ ਨੇ ਮਤਲਬ ਜਲਾਵਤਰੀ ਵਾਂਗੂ ਆਪਣਾ ਜੀਵਨ ਗੁਜ਼ਾਰਾ ਕੀਤਾ ਅਤੇ ਉੱਥੇ ਪਤਾ ਨਹੀਂ ਸਰਕਾਰੀ ਨੌਕਰੀ ਕੀਤੀ ਮਿਲਟਰੀ 'ਚ ਕੀਤੀ ਕੀ ਕੀਤਾ ਅਤੇ ਜਦੋਂ 84 ਦੇ ਦੰਗੇ ਹੋਏ ਨੇ ਜੀ ਉਦੋਂ ਇਹਨਾਂ ਨੇ ਦੱਸਿਆ ਵੀ ਜਦੋਂ ਮੈਨੂੰ ਪਤਾ ਲੱਗਿਆ ਵੀ ਹਰਿਮੰਦਰ ਸਾਹਿਬ 'ਤੇ ਅਟੈਕ ਹੋ ਗਿਆ ਪੰਜਾਬ ਦੇ ਧੁਰੇ ਅਤੇ ਹਰਿਮੰਦਰ ਸਾਹਿਬ ਦੇ ਅਟੈਕ ਹੋ ਗਿਆ ਜਾਂ ਪੰਜਾਬ ਦੇ ਹਾਲਾਤ ਇੱਦਾਂ ਦੇ ਐਮਰਜੈਂਸੀ ਲੱਗੀ ਅਤੇ ਮੈਂ ਟੈਂਕ ਬਿਨਾਂ ਰੰਗ ਕੀਤੇ ਉੱਥੋਂ ਭਜਾ ਲਿਆ ਬੰਗਾਲ 'ਚ, ਯਾਨੀ ਕਿ ਉਸ ਟਾਈਮ ਟੈਂਕਾਂ ਦੇ ਉੱਤੇ ਡਿਊਟੀ ਸੀ ਇਹਨਾਂ ਦੀ ਕੋਈ ਟੈਂਕ ਇਹਨਾਂ ਦੇ ਅੰਡਰ ਸੀਗੇ ਕੁਛ। ਹਾਂਜੀ ਵਰਕਸ਼ਾਪ 'ਚ ਵਰਕਸ਼ਾਪ 'ਚ ਅਤੇ ਉਹ ਬਿਨਾਂ ਰੰਗ ਕੀਤੇ ਮਤਲਬ ਸੀ ਕਹਿੰਦਾ ਮੈਂ ਭਜਾ ਲਿਆ ਜੀ ਗੋਲਾ ਬਰੂਦ ਉਹਦੇ ਵਿੱਚ ਪੂਰਾ ਪੂਰਾ ਅਤੇ ਮੈਂ ਫਿਰ ਛੇਤੀ ਉਹ ਫੜਿਆ ਗਿਆ। ਬਹੁਤ ਹੀ ਸਾਡੇ ਲਈ ਸ਼ਰਮਨਾਕ ਗੱਲ ਆ ਵੀ ਜਾਦੀ ਘਲਾਟੀਏ ਜਿਨ੍ਹਾਂ ਨੇ ਸਾਡੇ 84 ਦੇ ਸਮੇਂ ਐਮਰਜੈਂਸੀ ਦੇ ਸਮੇਂ ਵਿੱਚ ਵੀ ਆਪਣੇ ਕੌਮ ਦੇ ਨਾਲ ਖੜੇ ਬੰਗਾਲ ਵਰਗੇ ਸਟੇਟ ਦੇ ਵਿੱਚ ਵੀ ਜਾਣੀ ਕਿ ਉਸ ਟਾਈਮ ਵੀ ਬਾਬਾ ਜੀ ਨੇ ਟੈਂਕ ਉੱਥੋਂ ਭਜਾ ਲਿਆਂਦਾ ਅਤੇ ਟੈਂਕ ਫੜਿਆ ਗਿਆ। ਬਾਬਾ ਜੀ ਨੂੰ ਗੋਲੀ ਦਾ ਆਰਡਰ ਸੀ, ਭਗਤ ਸਿੰਘ ਉਹਨਾਂ ਦੇ ਨਾਲ ਮੁਹਿੰਮ ਦੇ ਵਿੱਚ ਉਸ ਟਾਈਮ ਰਹੇ ਪਰ ਇਹ ਸੀਗੇ ਜਿਵੇਂ ਕਹਿ ਦਈਏ ਵੀ ਸਾਇਲੈਂਟ ਉਹ ਸੀਗੇ ਘੁਲਾਟੀਏ ਅਤੇ ਪਰ ਇਹਨਾਂ ਦਾ ਕਿਸੇ ਨੇ ਮੁੱਲ ਨਹੀਂ ਪਾਇਆ। ਪਰ ਅੱਜ ਤਾਂ ਹਾਲਾਤ ਇਹਨਾਂ ਦੇ ਇਹ ਹੋ ਗਿਆ ਵੀ ਅਸੀਂ ਤੁਹਾਨੂੰ ਦੱਸ ਹੀ ਸਕਦੇ ਹਾਂ। ਬੇਟਾ ਇਹਨਾਂ ਦਾ ਵੀਰੇ ਆ ਜਾ ਮੂਹਰੇ ਅੱਗੇ ਅਤੇ ਆਹ ਗੁਰਸਿੱਖ ਭਰਾ ਸਾਡਾ ਵੀਰ ਇਹ ਬਾਬਾ ਜੀ ਦਾ ਬੇਟਾ ਅਤੇ ਇਹਨਾਂ ਦੀ ਵੀ ਹਾਲਤ ਦਿਮਾਗੀ ਠੀਕ ਨਹੀਂ ਹੈਗੀ ਵਿਚਾਰਿਆਂ ਦੀ, ਮੰਦਬੁੱਧੀ ਵੀਰ ਆ ਇਹ। ਪਰ ਇਹਨਾਂ ਦਾ ਜਿਹੜਾ ਇੱਕ ਬੱਚਾ ਵਾ ਸਹੀ ਆ ਜਾਂ ਹੋਰ ਬੇਟੇ ਬੱਚੇ ਆ ਉਹ ਇੱਥੇ ਰਹਿੰਦੇ ਨਹੀਂ। ਬਾਬਾ ਜੀ ਨੂੰ ਇਹ ਜਿੰਨੇ ਕੁ ਚੁੱਕਾ ਹੈਗਾ ਵਿਚਾਰਾ ਦਿਹਾੜੀ ਕਰਦਾ ਆਪਦੀ ਰੋਟੀ ਖਾਂਦਾ ਅਤੇ ਮਹਾਰਾਜ ਕਿਰਪਾ ਕਰਨ ਇਸ ਵੀਰ 'ਤੇ ਵੀ ਕਿਰਪਾ ਕਰਨ। ਅਸੀਂ ਚਾਹੁੰਦੇ ਸਾਰੀਆਂ ਸੰਗਤਾਂ ਨੂੰ ਵੀ ਇੱਦਾਂ ਦੇ ਵੀਰਾਂ 'ਤੇ ਜਾਂ ਬਜ਼ੁਰਗਾਂ 'ਤੇ ਜ਼ਰੂਰ ਨਿਗਾਹ ਮਾਰਿਆ ਕਰੋ। ਇੱਦਾਂ ਦੇ ਹਾਲਾਤ ਦੇ ਵਿੱਚ ਸਾਡੇ ਕੌਮ ਦੇ ਹੀਰੇ ਸਾਡੇ ਦੇਸ਼ ਦੇ ਹੀਰੇ ਕਿੱਦਾਂ ਮਿੱਟੀ 'ਚ ਰੁਲ ਰਹੇ ਆ ਜੀ, ਕਿੱਦਾਂ ਨਾਲੀਆਂ ਦੇ ਕੰਢਿਆਂ 'ਤੇ ਬੈਠਿਆ ਤੁਸੀਂ ਦੇਖ ਸਕਦੇ ਹੋ ਜਿੱਥੇ ਬਾਬਾ ਜੀ ਬੈਠੇ ਨੇ ਕਿਹੜੇ ਹਾਲਾਤ 'ਚ ਬੈਠੇ ਆ। ਅਤੇ ਯਾਨੀ ਕਿ ਕਈ ਚੀਜ਼ਾਂ ਦਾ ਅਸੀਂ ਵੀ ਸਪੀਚਲੈਸ ਹੋ ਜਾਂਦੇ ਹਾਂ, ਇਮੋਸ਼ਨਲ ਹੋ ਜਾਂਦੇ ਹਾਂ ਵੀ ਅਸੀਂ ਦੱਸ ਨਹੀਂ ਪਾਉਂਦੇ ਵੀ ਕੀ ਕਹਿ ਸਕਦੇ ਹਾਂ ਅਸੀਂ ਇਹਦੇ ਬਾਰੇ 'ਚ। ਪਰ ਬਹੁਤ ਮਾੜੀ ਹਾਲਤ ਆ ਜਿਹੜੀ ਆ, ਤੁਹਾਨੂੰ ਦੁਬਾਰਾ ਜਾਣਕਾਰੀ ਦਿੱਤੀ ਆ ਸੰਗਤਾਂ ਨੂੰ ਅਸੀਂ ਲਾਈਵ ਹੋ ਕੇ ਵੀ ਬਾਬਾ ਜੀ ਇੱਕ ਆਜ਼ਾਦੀ ਘਲਾਟੀਏ 1984 ਦੇ ਵਿੱਚ ਟੈਂਕ ਨੂੰ ਭਜਾਉਣ ਵਾਲੇ ਆਪਣੇ ਕੌਮ ਦੀ ਖਾਤਰ ਅਣਖ ਰੱਖਣ ਵਾਲੇ ਬਾਬਾ ਜੀ ਅੱਜ ਇਸ ਹਾਲਾਤ 'ਚ ਬੈਠੇ ਆ। ਬਸ ਇਹੀ ਜਾਣਕਾਰੀ ਦੇਣੀ ਸੀ ਜੀ ਅਸੀਂ। ਹਾਂਜੀ 84 ਦੇ ਦੰਗਿਆਂ ਨੂੰ ਜਿਹੜੀ ਸਰਕਾਰ ਰਾਹਤ ਦਿੰਦੀ ਆ ਜੀ, ਪਲਾਟ ਵੀ ਦਿੰਦੀ ਆ ਜਾਂ ਕੁੰਡਾ ਵੀ ਦਿੰਦੀ ਆ, ਇਹ ਨਹੀਂ ਪਤਾ ਵੀ ਇਹਨਾਂ ਨੂੰ ਨਗਦ ਮਿਲਿਆ ਕਿ ਨਹੀਂ ਮਿਲਿਆ। ਮੈਨੂੰ ਪਤਾ ਲੱਗਿਆ ਇਹਨਾਂ ਨੇ ਦੱਸਿਆ ਬਈ ਲੁਧਿਆਣੇ ਕੋਈ ਸੁਸਾਇਟੀ
ਬਾਬਾ ਜੀ ਤੁਹਾਨੂੰ ਛੋਟੇ ਵੀਰ ਕੋਈ ਇਤਰਾਜ ਤਾਂ ਨੀ ਗਾ ਲੈ ਜਾਈਏ ਬਾਬਾ ਜੀ ਨੂੰ ਬਾਬਾ ਜੀ ਨੂੰ ਸਾਂਭ ਕੇ ਰੱਖਾਂਗੇ ਵਧੀਆ ਇਲਾਜ ਕਰਵਾਵਾਂਗੇ ਤੁਸੀਂ ਵੀ ਸਾਡੇ ਕੋਲ ਜਦ ਮਰਜ਼ੀ ਆ ਸਕਦੇ ਹੋ ਦੇਖ ਸਕਦੇ ਹੋ ਤੁਹਾਨੂੰ ਵੀ ਕੋਈ ਲੋੜ ਹੋਵੇ ਸਾਡੇ ਤੱਕ ਸੰਪਰਕ ਕਰਿਓ ਪ੍ਰਿੰਸ ਸਾਡਾ ਟੀਮ ਮੈਂਬਰ ਇੱਥੇ ਵੀਰ ਇਹਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।